ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਰਮਾਨ ਜੋਗ ਸਾਧ ਸੰਗਤਿਓ ਅੱਜ ਦਾਸ ਜਿਵੇਂ ਕਿ 84 ਲੱਖ ਜੂਨਾਂ ਹੈਗੀਆਂ ਇਹਨਾਂ 84 ਲੱਖ ਜੂਨਾਂ ਦੇ ਵਿੱਚੋਂ ਇੱਕ ਜੂਨ ਹੈ ਉਹ ਪ੍ਰੇਤ ਦੇਹੀ ਇਹ ਜਿਹੜੀ ਪ੍ਰੇਤ ਦੀ ਜੂਨ ਹੈ ਇਨਸਾਨ ਨੂੰ ਜਿਹੜੀ ਹੈ ਇਹ ਕਿਵੇਂ ਮਿਲਦੀ ਹੈ ਤੇ ਇਸ ਜੁਨੀ ਤੋਂ ਇਨਸਾਨ ਕਿਵੇਂ ਆਪਣੇ ਆਪ ਨੂੰ ਬਚਾ ਕੇ ਰੱਖ ਸਕਦਾ ਹੈਗਾ ਤੇ ਇਹਦੇ ਉੱਤੇ ਇੱਕ ਤਿਲমাত্র ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਵੈਸੇ ਤੋਂ ਆਪ ਸਾਰੀਆਂ ਸੰਗਤਾਂ ਜਾਣਦੀਆਂ ਹੈਗੀਆਂ ਕਿ ਪ੍ਰੇਤਾਂ ਦੀ ਜਿਹੜੀ ਰਹਿائش ਹੋ ਆਹਨਾ ਇਹ ਜੰਗਲਾਂ ਵਿੱਚ ਖੰਡਰਾ ਵਿੱਚ ਤੇ ਅਕਾਂਤ ਜਿਹੜੇ ਬੀਆਵਨ ਹਨ ਉਹਨਾਂ ਦੇ ਵਿੱਚ ਹੁੰਦੀ ਆ ਕਿਉਂਕਿ ਇਹ ਜੂਨਾ ਉੱਥੇ ਰਹਿੰਦੀਆਂ ਹੈਗੀਆਂ ਜਿੱਥੇ ਨਾਮ ਦੀ ਆਵਾਜ਼ ਵਾਹਿਗੁਰੂ ਦਾ ਜਸ ਸਿਮਰਨ ਜਿਹੜਾ ਹਨ ਇਹਨਾਂ ਦੇ ਕੰਨਾਂ ਵਿੱਚ ਨਾ ਪੈ ਸਕੇ ਦੇਖੋ ਇਹਨਾਂ ਜੂਨਾ ਦੇ ਅੰਦਰ ਨਾਮ ਨੂੰ ਸੁਣਨ ਦੀ ਜਿਹੜੀ ਹਨ ਉਹ ਡੰਡ ਮਿਲਦਾ ਹੈਗਾ ਉਹਦੀ ਨਾਮ ਨੂੰ ਸੁਣਨ ਦੀ ਸਜ਼ਾ ਮਿਲਦੀ ਹੈਗੀ ਆ ਇਹ ਜੂਨਾ ਜਿਹੜੀ ਇਹਦੇ ਵਿੱਚ ਇਸ ਚੀਜ਼ ਹੁੰਦੀ ਹੈ ਕਿ ਜਿਵੇਂ ਮਨੁੱਖਾ ਜੂਨਾ ਮਨੁੱਖਾ ਜੂਨ ਦੇ ਵਿੱਚ ਨਾਮ ਜਪਣ ਵਾਲਿਆਂ ਨੂੰ ਠੰਡਕ ਮਿਲਦੀ ਹੈ ਸਦਗਤੀ ਮਿਲਦੀ ਹੈਗੀ ਆ ਪ੍ਰਸੰਤਾ ਮਿਲਦੀ ਹੈ ਖੁਸ਼ੀ ਇਨੰਦ ਖੇੜਾ ਮਿਲਦਾ ਪਰ ਜਿਹੜੇ ਪ੍ਰੇਤ ਜੂਨੀ ਦੇ ਵਿੱਚ ਜਦੋਂ ਆਦਮੀ ਆ ਜਾਂਦਾ ਹਨ ਸੋ ਪ੍ਰੇਤ ਜੂਨੀ ਦੇ ਵਿੱਚ ਅਗਰ ਨਾਮ ਦੀ ਥੋੜੀ ਜਿਹੀ ਵੀ ਆਵਾਜ਼ ਜਿਹੜੀ ਹੈ ਨਾ ਇਹਨਾਂ ਦੇ ਕੰਨਾਂ ਦੇ ਵਿੱਚ ਪੈਂਦੀ ਆ ਤੇ ਇਸ ਜੂਨਾ ਦੇ ਵਿੱਚ ਇਹ ਜੂਨ ਅਗਨੀ ਤੇ ਬਾਜੂ ਇਹਨਾਂ ਦੋਨਾਂ ਦੀ ਹੁੰਦੀ ਆ ਇਹ ਜਿਹੜੀ ਕਿਰਿਆ ਹੈ ਤਤਾਂ ਦੀ ਇਹਨਾਂ ਵਿੱਚ ਜ਼ਿਆਦਾ ਹੁੰਦੀ ਹੈ ਪਰ ਜੋ ਹੀ ਨਾਮ ਦੀ ਆਵਾਜ਼ ਇਹਨਾਂ ਪ੍ਰੇਤ ਜੁੰਨੀਆਂ ਦੇ ਕੰਨਾਂ 'ਚ ਪੈਂਦੀ ਹੈ ਤੇ ਇਹਨਾਂ ਦੀ ਭਟਕਣਾ ਵੱਧ ਜਾਂਦੀ ਹੈ ਇਹਨਾਂ ਨੂੰ ਅੱਗ ਲੱਗ ਜਾਂਦੀ ਆ ਸੋ ਇਸੇ ਕਰਕੇ ਹੈ ਨਾ ਗਰਬਾਣੀ ਵਿੱਚ ਕਿਹਾ ਕਿ ਪ੍ਰੇਤ ਪਿੰਜਰ ਮੇ ਦੁਖ ਕ ਹਨੇਰੇ ਕਿ ਜਿਨ੍ਹਾਂ ਨੂੰ ਪ੍ਰੇਤੀ ਜੁੰਨੀ ਪ੍ਰਾਪਤ ਹੁੰਦੀ ਆ ਉਹਨਾਂ ਨੂੰ ਬੜੇ ਦੁੱਖ ਸਹਣੇ ਪੈਂਦੇ ਆ ਕਿਉਂ ਸਹਣੇ ਪੈਂਦੇ ਆ ਕਿਉਂਕਿ ਨਾ ਤਾਂ ਇਹ ਪ੍ਰੇਤ ਜੁੰਨੀ ਵਾਲੇ ਜਿਹੜੇ ਹੈ ਇਹਨਾਂ ਦੀ ਪਿਆਸ ਜਿਹੜੀ ਹੈ ਕਦੀ ਬੁਝਦੀ ਹੈਗੀ ਆ ਪਰ ਇੰਨੇ ਦੁਨੀਆਂ ਵਿੱਚ ਨਦੀਆਂ ਨਾਲੇ ਦਰਿਆ ਹੁੰਦੇ ਹੋਏ ਵੀ ਇਹ ਜਲ ਨਹੀਂ ਪੀ ਸਕਦੇ ਇਹਨਾਂ ਦੀ ਭੁੱਖ ਵੀ ਬੜੀ ਡਾਢੀ ਹੁੰਦੀ ਹੈ ਪਰ ਸਭ ਕੁਛ ਇੰਨਾ ਜੰਗਲਾਂ ਦੇ ਵਿੱਚ ਫਾਲ ਫਰੂਟ ਜਾਂ ਹੋਰ ਦੁਕਾਨਾਂ ਦੇ ਉੱਤੇ ਜਿੰਨਾ ਵੀ ਖਾਣ ਪੀਣ ਦਾ ਸਮਾਨ ਪਿਆ ਹੁੰਦਾ ਹੈ ਨਾ ਇਹ ਖਾ ਨਹੀਂ ਸਕਦੀਆਂ ਜੂਨਾ ਇਸੇ ਕਰਕੇ ਇਹ ਜੂਨਾ ਜਿਹੜੀਆਂ ਹਨਾ 24 ਘੰਟੇ ਅੱਠੇ ਪਰ ਜ਼ਿਆਦਾ ਚਾਰ ਭੁੱਖ ਤ੍ਰੇ ਪਿਆਸ ਤੇ ਅਗਨੀ ਦੇ ਵਿੱਚ ਸੜਦੀਆਂ ਰਹਿੰਦੀਆਂ ਹੈਗੀਆਂ ਤੇ ਇਹ ਸੜ-ਸੜ ਕੇ ਉੱਚੀ-ਉੱਚੀ ਕੂਕਦੀਆਂ ਰਹਿੰਦੀਆਂ ਪਰ ਇਹਨਾਂ ਦੀ ਆਵਾਜ਼ ਸੁਣਨ ਵਾਲਾ ਵੀ ਕੋਈ ਨਹੀਂ ਹੈ ਪਰ ਉਹ ਜਿਹਨਾਂ ਥੋੜਾ ਜਿਹਾ ਪੰਗਰਵਾਣੀ ਦੇ ਵਿੱਚੋਂ ਦੇਖਦੇ ਆ ਕਿ ਅਕਸਰ ਜਿੱਥੇ ਇਹ ਜੂਨੀਆਂ ਜਿਹੜੀਆਂ ਹੈਗੀਆਂ ਇਹ ਖੰਡਰਾਂ ਜਾੜਾਂ ਜਾਂ ਵਿਆਬਨਾਂ ਚ ਰਹਿੰਦੀਆਂ ਹੈਗੀਆਂ ਉੱਥੇ ਕੋਈ ਹੋਰ ਵੀ ਟਿਕਾਣਾ ਹੈਗਾ ਸੋ ਆਉ ਜਿਵੇਂ ਗਰਵਾਣੀ ਜਿਹੜੀ ਉਹ ਇਨਸਾਨ ਨੂੰ ਦੱਸਦੀ ਹੈ ਕਿ ਕਵੀਰ ਜਾ ਘਰ ਸਾਧਨਾ ਸੇਬੀਏ ਹਰ ਕੀ ਸੇਵਾ ਨਾ ਹੈ ਉਹ ਇੱਕ ਕਾਰ ਇੱਕ ਜਗ੍ਹਾ ਐਸੀ ਹੈ ਜਿਹੜੀ ਹੈ ਮਨੁੱਖ ਦਾ ਸਰੀਰ ਜਾਂ ਮਨੁੱਖ ਦਾ ਹਿਰਦਾ ਇਹ ਜਿਹੜਾ ਹਿਰਦਾ ਰੂਪੀ ਘਾਰ ਵਾਹਨਾ ਇਸ ਘਰ ਦੇ ਵਿੱਚ ਗੁਰਬਾਣੀ ਦੱਸਦੀ ਹੈ ਕਿ ਅਗਰ ਮਨੁੱਖ ਦੇ ਮਨ ਦੇ ਵਿੱਚ ਕਦੇ ਇਹ ਸੋਚ ਨਹੀਂ ਫੁਰੀ ਕਦੇ ਇਹ ਫੁਰਨਾ ਨਹੀਂ ਫੁਰਿਆ ਕਦੇ ਇਸ ਚੀਜ਼ ਦੀ ਕਦੇ ਕੋਈ ਖਾਸ਼ ਨਹੀਂ ਜਾਗੀ ਕਿ ਮੈਂ ਕਿਸੇ ਸਾਧ ਦੀ ਸੇਵਾ ਕਰਾਂ ਕਿਸੇ ਮਹਾਪੁਰਖਾਂ ਦੀ ਸੰਗਤ ਕਰਾਂ ਜਾਂ ਕਿਸੇ ਮਹਾਪੁਰਖ ਨੂੰ ਆਪਣੇ ਘਰ ਦੇ ਵਿੱਚ ਪ੍ਰਸ਼ਾਦਾ ਪਾਣੀ ਸ਼ਕਾਵਾਂ ਸੋ ਇਹ ਜਿਹੜਾ ਹਨਾ ਫੁਰਨਾ ਹੈ ਮਹਾ ਮਹਾਪੁਰਖਾਂ ਦੇ ਪ੍ਰਤੀ ਇਹ ਕਿਸੇ ਦੇ ਅੰਦਰ ਕਦੀ ਜਾਗਿਆ ਹੀ ਨਹੀਂ ਤੇ ਇਸੇ ਕਰਕੇ ਗੁਰਬਾਣੀ ਨੇ ਕਿਹਾ ਹੈ ਕਬੀਰ ਜਾ ਕਰ ਸਾਧਨਾ ਸੇਬੀਏ ਹਰ ਕੀ ਸੇਵਾ ਨਾਹੀਂ ਤੇ ਵਾਹਿਗੁਰੂ ਦੀ ਸੇਵਾ ਦਾ ਕਦੀ ਫੁਰਨਾ ਤੱਕ ਨਹੀਂ ਬਣਿਆ ਤੇ ਫਿਰ ਕਹਿੰਦੇ ਉਹ ਜਿਹੜਾ ਸਰੀਰ ਵਾ ਉਹ ਜਿਹੜਾ ਘਰ ਵਾ ਉਹ ਜਿਹੜਾ ਹਿਰਦਾ ਹਨਾ ਤੇ ਕਰ ਮਰਹਟ ਸਾਰ ਰਖੇ ਉਹ ਇਸ ਤਰ੍ਹਾਂ ਹੈ ਜਿਵੇਂ ਮਸਾਨ ਘਾਟ ਹੁੰਦਾ ਹੈਗਾ ਇਹ ਜਿਹੜਾ ਹਿਰਦਾ ਹਨਾ ਇਹ ਮਸਾਨ ਘਾਟ ਹੈ ਇਸੇ ਕਰਕੇ ਇਹ ਚਾਹੇ ਜੋ ਦੇਹੀ ਮਨੁੱਖ ਦੀ ਹੈਗੀ ਆ ਇਹ ਪਿੰਜਰ ਮਨੁੱਖ ਦਾ ਹੈਗਾ ਪਰ ਇਸ ਮਨੁੱਖ ਦੇ ਪਿੰਜਰ ਦੇ ਅੰਦਰ ਜਿਹੜਾ ਅੰਦਰ ਹਿਰਦਾ ਹਨਾ ਜਿਹੜੀ ਉਹਦੀ ਸੋਚ ਹੈਗੀ ਆ ਇਸ ਸੋਚ ਦੀ ਤਹਿ ਦੇ ਅੰਦਰ ਹਿਰਦੇ ਦੇ ਵਿੱਚ ਕੇਵਲ ਤਾਂ ਕੇਵਲ ਮਸਾਨ ਘਾਟ ਦੀ ਹੀ ਜਿਹੜੀ ਹਨਾ ਉਹ ਜਗ੍ਹਾ ਬਣੀ ਰਹਿੰਦੀ ਹੈ ਤੇ ਇਸ ਮਸਾਨ ਘਾਟ ਦੇ ਅੰਦਰ ਕਹਿੰਦੇ ਕਿਹਦਾ ਵਾਸਾ ਹੁੰਦਾ ਬਾਣੀ ਕਹਿੰਦੀ ਹੈ ਤੇ ਕਰਮਰ ਹਟ ਸਾਰਖੇ ਭੂਤ ਬਸੇ ਤਨ ਮਾਹੇ ਉਹਨਾਂ ਘਰਾਂ ਦੇ ਵਿੱਚ ਫਿਰ ਕੇਵਲ ਭੂਤ ਹੀ ਭੂਤ ਵੱਸਦੇ ਆ ਭਾਵ ਕੀ ਹੈ ਕਿ ਇਹ ਜਿਹੜੀਆਂ ਪ੍ਰੇਤ ਰੂਹਾਂ ਹੈਗੀਆਂ ਇਹ ਜਿੱਥੇ ਵਾਰਖੰਡਰਾਂ ਬੀਆਵਾਂ ਤੇ ਜਾੜਾ ਚ ਰਿੰਦੀਆਂ ਹੈਗੀਆਂ ਉੱਥੇ ਉਹਨਾਂ ਸਰੀਰਾਂ ਨੂੰ ਵੀ ਆਪਣਾ ਨਿਸ਼ਾਨਾ ਤੇ ਘਰ ਬਣਾਉਂਦੀਆਂ ਹੈਗੀਆਂ ਤੇ ਉਹਨਾਂ ਦੀ ਤਾਂਗ ਉਹਨਾਂ ਦੀ ਖੋਜ ਜਿਹੜੀ ਕਰਦੀਆਂ ਰਹਿੰਦੀਆਂ ਹੈ ਜਿਹੜੇ ਸਰੀਰ ਗਰਬਾਣੀ ਤੋਂ ਸਖਣੇ ਹੁੰਦੇ ਆ ਜਾਂ ਇਉਂ ਕਹ ਲਓ ਕਿ ਗੁਰ ਉਪਦੇਸ਼ ਤੋਂ ਜਿਹੜੇ ਸਖਣੀਆਂ ਰੂਹਾਂ ਹੁੰਦੀਆਂ ਹਨ ਇਹ ਪ੍ਰੇਤ ਜੁਨੀਆਂ ਫਿਰ ਉਹਨਾਂ ਦੇ ਸਰੀਰਾਂ ਨੂੰ ਆਪਣਾ ਟਿਕਾਣਾ ਬਣਾ ਲੈਂਦੀਆਂ ਉਹਨਾਂ ਵਿੱਚ ਆਪਣੀ ਰਿਹائش ਰੱਖ ਲੈਂਦੀਆਂ ਹੈ ਸੋ ਕਹਿਣ ਤੋਂ ਭਾਵੇਂ ਹੈਗਾ ਕਿ ਮਨੁੱਖ ਨੂੰ ਇਸ ਗੱਲ ਦੀ ਸੋਝੀ ਹੋਣੀ ਚਾਹੀਦੀ ਹੈ ਕਿ ਅਗਰ ਉਹਦਾ ਗਰਵਾਣੀ ਨਾਲੋਂ ਨਾਤਾ ਟੁੱਟ ਗਿਆ ਹੈਗਾ ਸੱਚ ਦੇ ਨਾਲੋਂ ਨਾਤਾ ਟੁੱਟ ਗਿਆ ਹੈ ਤਾਂ ਸੱਚ ਦੇ ਨਾਲੋਂ ਟੁੱਟਿਆ ਨਾਤਾ ਜਿਹੜਾ ਹਨ ਉਹ ਫਿਰ ਉਹਦਾ ਪ੍ਰੇਤ ਜੁਨੀਆਂ ਦੇ ਨਾਲ ਜੋ ਸਬੰਧ ਹੈ ਨਾ ਉਹਦਾ ਬਣਦਾ ਕਾਰਨ ਬਣਦਾ ਹੈਗਾ ਇਸ ਕਰਕੇ ਆਪਾਂ ਦੇਖਦੇ ਹਾਂ ਕਿ ਪ੍ਰੇਤ ਜੁਨ ਦੇ ਵਿੱਚ ਜਿਹੜੇ ਮਨੁੱਖ ਉਹ ਕਿਹੜੇ-ਕਿਹੜੇ ਜਾਂਦੇ ਹੈ ਜਿਵੇਂ ਉਹ ਆਦਮੀ ਜਿਹੜੇ ਹਨ ਮਰਜ਼ਾਦਾ ਦਾ ਤਿਆਗ ਕਰਕੇ ਜਾਂ ਕਿਸੇ ਦੂਜਿਆਂ ਦੇ ਸੁੱਖਾਂ ਨੂੰ ਦੇਖ ਕੇ ਜਲਦੇ ਰਹਿੰਦੇ ਆ ਜਾਂ ਜਿਉਂ ਕਹਿ ਲੋ ਕਿ ਜਿਹੜੇ ਹਨ ਰਾਖਸ਼ ਵਰਤੀ ਵਾਲੀ ਖਰਾਕ ਖਾਂਦੇ ਆ ਉਸ ਖਰਾਕ ਦੇ ਵਿੱਚ ਉਹ ਜੂਆ ਵੀ ਖੇਡਦੇ ਆ ਹਿੰਸਾ ਵੀ ਕਰਦੇ ਆ ਮਦਰਾ ਵੀ ਪੀਂਦੇ ਆ ਤੇ ਪਾਰੇ ਸਤਰੀ ਦਾ ਸੰਗ ਵੀ ਕਰਦੇ ਆ ਕਿਸੇ ਦੇ ਨਾਲ ਕਵਟ ਕਰਕੇ ਝੂਠ ਬੋਲ ਕੇ ਲੜਾਈ ਝਗੜੇ ਕਰਕੇ ਕਿਸੇ ਨੂੰ ਧੋਖਾ ਦਿੰਦੇ ਆ ਜਾਂ ਵੈਸੇ ਹੀ ਕਿਸੇ ਦੀ ਨਿੰਦਿਆ ਚੁਗਲੀ ਕਰਕੇ ਕਿਸੇ ਨੂੰ ਲੜਾ ਕੇ ਆਪ ਕੰਡੇ ਉੱਤੇ ਦੇਖ ਕੇ ਇਸ ਝਗੜੇ ਨੂੰ ਬੜਾ ਖੁਸ਼ ਹੁੰਦੇ ਆ ਇਹੋ ਜਿਹੜੇ ਪ੍ਰਾਣੀਆਂ ਹਨ ਉਹ ਫਿਰ ਜਦ ਇਸ ਸੰਸਾਰ ਤੋਂ ਜਾਂਦੇ ਆ ਤਾਂ ਫਿਰ ਉਹ ਉਹ ਅੰਤ ਸਮੇਂ ਜਿਹੜੀ ਉਹਨਾਂ ਨੂੰ ਜੂਨ ਹਨਾ ਉਹ ਫਿਰ ਭੂਤ ਪ੍ਰੇਤਾਂ ਦੇ ਵਿੱਚ ਉਹਨਾਂ ਨੂੰ ਮਿਲ ਜਾਂਦੀ ਆ ਸੋ ਇਹਦੇ ਵਿੱਚ ਜਿਹੜੀਆਂ ਇਸਤਰੀਆਂ ਹੈਗੀਆਂ ਇਹ ਵੀ ਜਾਨੀ ਇਹਨਾਂ ਜੂਨਾਂ ਦੇ ਵਿੱਚ ਸੇਮ ਜਾਂਦੀਆਂ ਹੈਗੀਆਂ ਜਿਵੇਂ ਕੋਈ ਇਸਤਰੀ ਹੈਗੀ ਆ ਉਹ ਇਸਤਰੀ ਜਿਹੜੀ ਹਨਾ ਉਹ ਕਾਮਵਾਸ਼ਨਾ ਦੇ ਵਿੱਚ ਪਰਬਲਵਾ ਉਹਦੀ ਉਰੂਜੀ ਹੈਗੀ ਆ ਤੋ ਕਿਸੇ ਪ੍ਰਾਇਮ ਮਰਦ ਦਾ ਸੰਗ ਕਰਨ ਲਈ ਉਤਾਵਲੀ ਰਹਿੰਦੀ ਆ ਇਹ ਜਿਹੜੀ ਇਸਤਰੀ ਆ ਜਦ ਉਹਦਾ ਅੰਤਮ ਸਮਾਉਂਦਾ ਹਨਾ ਉਸ ਅੰਤਮ ਸਮੇਂ ਦੇ ਵਿੱਚ ਇਹ ਜਿਹੜੀ ਇਸਤਰੀ ਹੈਗੀ ਇਹ ਇਹਨਾਂ ਭੂਤਾਂ ਪ੍ਰੇਤਾਂ ਦੀ ਜਿਹੜੀ ਚੜੇਲ ਜੂਨ ਹਨਾ ਉਹਦੇ ਵਿੱਚ ਚਲੀ ਜਾਂਦੀ ਹੈ ਯਾ ਉਹ ਇਸਤਰੀਆਂ ਜਿਹੜੀਆਂ ਕਿਸੇ ਦੂਸਰੇ ਦਾ ਕਿਸੇ ਗੈਰ ਮਰਦ ਦਾ ਕਿਸੇ ਬੰਦੇ ਦਾ ਸ਼ੋਸ਼ਣ ਕਰਦੀਆਂ ਹੈਗੀਆਂ ਇਹ ਵੀ ਇਸ ਚੜੇਲ ਜੂਨੀ ਦੇ ਵਿੱਚ ਚਲੀਆਂ ਜਾਂਦੀਆਂ ਹੈਗੀਆਂ ਸੋ ਕਹਿਣ ਤੋਂ ਭਾਵੇਂ ਹੈ ਕਿ ਇਹੋ ਜਿਹੀਆਂ ਇਸਤਰੀਆਂ ਜਿਹੜੀਆਂ ਹਨ ਜਦੋਂ ਅੰਤ ਸਮਾ ਹੁੰਦਾ ਹੈਗਾ ਆਪਣੀ ਚੋਸ ਚ ਲਕੀ ਦੇ ਵਿੱਚ ਆਪ ਹੀ ਫਸ ਜਾਂਦੀਆਂ ਹੈਗੀਆਂ ਤੇ ਇਸ ਚੋਸ ਚ ਲਕੀ ਦੇ ਵਿੱਚ ਫਿਰ ਇਹਨਾਂ ਨੂੰ ਜਿਹੜੀ ਜੂਨ ਹਨਾ ਉਹ ਪ੍ਰੇਤ ਦੀ ਮਿਲਦੀ ਆ ਜਾਂ ਚੜੇਲ ਦੀ ਮਿਲਦੀ ਹੈ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇੱਕ ਇਹਨਾਂ ਦੇ ਵਿੱਚ ਜੋ ਇਸਤਰੀ ਜਿਹੜੀ ਹੈਗੀ ਆ ਉਹ ਪ੍ਰੇਤ ਦੀ ਜੁਨੀ ਉਹ ਹੁੰਦੀ ਹੈ ਡੈਣ ਹੁਣ ਡੈਣ ਕੀ ਹੁੰਦੀ ਹੈ ਕਿ ਜਿਹੜੀਆਂ ਇਸਤਰੀਆਂ ਜਿਹੜੀਆਂ ਹਨ ਉਹ ਮਾਸ ਖਾਣ ਦਾ ਜ਼ਿਆਦਾ ਸ਼ੌਕੀਨ ਹੁੰਦੀਆਂ ਹੈਗੀਆਂ ਜਾਂ ਉਹ ਚੀਜ਼ ਖਾਣ ਦੀ ਜ਼ਿਆਦਾ ਜਿਹੜੀ ਹੈ ਮਨ ਦੇ ਵਿੱਚ ਰੁਚੀ ਰੱਖਦੀਆਂ ਹੈਗੀਆਂ ਖਾਸ ਕਰਕੇ ਮਾਸ ਦੀ ਕਿਉਂਕਿ ਜਿਹੜੇ ਮਾਸਵਾ ਇਹ ਤਕਰੀਬਤਿਕ ਰਾਖਸ਼ਾਂ ਦਾ ਗਾਣਾ ਹੈ ਤੇ ਜਿਹੜੀ ਰਾਖਸ਼ ਬੁੱਧੀ ਦੀ ਖਰਾਕ ਹਨ ਇਹ ਵੀ ਖਾਸ ਕਰਕੇ ਜਿਹੜੀਆਂ ਹੈ ਉਹ ਜਦੋਂ ਉਹ ਇਸਤਰੀ ਅਖੀਰ ਦੇ ਵਿੱਚ ਮਰਦੀ ਹੈਗੀ ਆ ਤੇ ਉਹਦੀ ਰੁਚੀ ਦੇ ਅਨਸਾਰ ਉਹਨੂੰ ਜਿਹੜੀ ਅਗਲੀ ਜਉਨਾ ਹਨਾ ਉਹ ਫਿਰ ਡੈਣ ਦੀ ਮਿਲਦੀ ਆ ਸੋ ਡੈਣ ਜਿਹੜੀ ਹੁੰਦੀ ਆ ਉਹ ਆਪਸਾਨੀਆਂ ਸੰਗਤਾਂ ਜਾਣਦੀਆਂ ਕਿ ਉਹ ਕਿਵੇਂ ਜਿਹੜੇ ਬੱਚੇ ਹੈਗੇ ਆ ਉਹਨਾਂ ਬੱਚਿਆਂ ਤੇ ਹਮਲਾ ਕਰਕੇ ਤੇ ਉਹਨਾਂ ਦਾ ਕਲੇਜਾ ਕੱਢ ਕੇ ਜਿਹੜੀਆਂ ਖਾਂਦੀਆਂ ਹੈ ਤਾਂ ਜਾ ਕੇ ਇਹਨਾਂ ਜਉਨਾ ਦੇ ਵਿੱਚ ਇਹਨਾਂ ਨੂੰ ਤ੍ਰਿਪਤੀ ਜਿਹੜੀ ਮਿਲਦੀ ਆ ਜੇ ਅਸੀਂ ਹੋਰ ਵੀ ਦੇਖ ਲੈਂਦੇ ਆ ਕਿ ਕਿਸੇ ਦੇ ਉੱਤੇ ਜ਼ੁਲਮ ਕਰਕੇ ਜਾਂ ਕਿਸੇ ਦੇ ਨਜਾਇਜ਼ ਧਨ-ਦੌਲਤ ਦੀ ਕਮਾਈ ਦੇ ਨਾਲ ਜਿਹੜੇ ਮਨੁੱਖ ਮਹਿਲ-ਮਾੜੀਆਂ ਸਾਰਦੇ ਆ ਤੇ ਇਹਨਾਂ ਮਹਿਲ-ਮਾੜੀਆਂ ਦੇ ਵਿੱਚ ਰਹਿਣਾ ਜਿਹੜਾ ਜ਼ਿਆਦਾ ਪਸੰਦ ਕਰਦੇ ਆ ਜਦ ਅਖੀਰ ਦੇ ਵਿੱਚ ਇਹਨਾਂ ਦੀ ਮੌਤ ਹੁੰਦੀ ਆ ਤੇ ਇਹ ਵੀ ਮਨੁੱਖ ਜਿਹੜੇ ਹਨ ਪ੍ਰੇਤ ਜੂਨੀਆ ਦੇ ਵਿੱਚ ਮਿਲਾ ਦਿੱਤੇ ਜਾਂਦੇ ਆ ਸੋ ਕਈ ਮਨੁੱਖ ਜਿਹੜੇ ਹੈਗੇ ਜਿਹੜੇ ਧਾਰਮਿਕ ਸਥਾਨਾਂ ਦੇ ਵਿੱਚ ਰਹਿੰਦੇ ਹੈਗੇ ਆ ਜਿਨ੍ਹਾਂ ਨੇ ਧਰਮ ਦੇ ਪਹਿਰਾਵੇ ਭੇਕ ਧਾਰਨ ਕੀਤੇ ਹੁੰਦੇ ਆ ਲੇਕਿਨ ਉਹ ਜਿਹੜਾ ਪੂਜਾ ਦਾ ਧਾਨਵਾਹਨ ਇਹ ਪੂਜਾ ਦਾ ਧਾਨ ਜਿਹੜਾ ਹੈ ਬੜਾ ਸ਼ਿਪਾਕੇ ਖਾਂਦੇ ਹੈ ਤੇ ਇਹਨਾਂ ਦਾ ਵੀ ਜਦੋਂ ਅੰਤ ਸਮਾ ਹੁੰਦਾ ਹੈ ਤੇ ਇਹ ਪੂਜਾ ਦੇ ਧਾਨ ਖਾਣ ਵਾਲੀ ਜਿਹੜੇ ਇਨਸਾਨ ਹੈਗੇ ਇਹ ਵੀ ਅਖੀਰ ਪ੍ਰੇਤ ਜੁਨੀ ਦੇ ਵਿੱਚ ਮਿਲਾ ਦਿੱਤੇ ਜਾਂਦੇ ਆ ਇਸ ਤੋਂ ਬਾਅਦ ਅਸੀਂ ਦੇਖਦੇ ਆ ਕਿ ਇੱਕ ਹੁੰਦੀ ਹੈ ਰਾਖਸ਼ ਵਰਤੀ ਰਾਖਸ਼ ਭੋਦਨ ਖਾਣਾ ਦੁਰਾਚਾਰ ਜਣੀ ਜੋ ਵੀ ਕੰਮ ਹਨ ਜਿਹੜੇ ਗੁਰਮਤ ਤੋਂ ਸਖਣੇ ਹੈਗੇ ਆ ਇਹ ਸਾਰੇ ਹੀ ਇਹਦਾ ਕਾਰਨ ਪ੍ਰੇਤ ਜੁਨੀ ਹੁੰਦੀ ਆ ਅਗਰ ਕੋਈ ਆਪਣਾ ਪੰਡਤ ਦੇਖ ਲੈਂਦੇ ਆ ਵਿਦਵਾਨ ਲੇਖ ਦੇਖਦੇ ਆ ਕਿ ਉਹਨੂੰ ਥੋੜਾ ਬਹੁਤ ਵਿਦਿਆ ਦਾ ਗਿਆਨ ਹੈਗਾ ਲੇਕਿਨ ਉਹ ਵਿਦਿਆ ਦੇ ਗਿਆਨ ਦੇ ਵਿੱਚ ਇੰਨਾ ਅਭਮਾਨੀ ਹੋ ਜਾਂਦਾ ਕਿ ਦੂਸਰੇ ਨੂੰ ਜਿਹੜਾ ਹੈ ਨੀਮਾ ਦਿਖਾਉਣ ਦੇ ਵਿੱਚ ਉਹ ਆਪਣੇ ਇਸ ਗਿਆਨ ਨੂੰ ਝਾੜਦਾ ਰਹਿੰਦਾ ਹੈਗਾ ਸੋ ਇਹੋ ਜਿਹੜੇ ਇਨਸਾਨ ਹਨ ਨਾ ਉਹ ਵੀ ਅਖੀਰ ਜਿਹੜੇ ਹਨ ਇਸ ਜੂਨੀਆ 'ਚ ਮਿਲਾ ਦਿੱਤੇ ਜਾਂਦੇ ਆ ਇਹ ਜਿਹੜੀ ਜੂਨੀ ਪ੍ਰੇਤ ਦੀ ਇਹਨੂੰ ਬ੍ਰਹਮ ਰਾਖਸ਼ ਆਖਦੇ ਆ ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਇਹ ਕਈ ਤਰ੍ਹਾਂ ਦੇ ਜਿਹੜੇ ਹਨ ਕਾਰਨ ਹੈਗੇ ਇਸ ਜੂਨੀ ਦੇ ਵਿੱਚ ਬਣਦੇ ਆ ਖਾਸ ਕਰਕੇ ਉਹ ਇਨਸਾਨ ਜਿਹੜੇ ਅਕਾਲ ਪੁਰਖ ਤੋਂ ਮੰਨ ਕਰਕੇ ਜਾਂ ਅੰਦਰੋਂ ਸੁਰਤ ਕਰਕੇ ਸ਼ਬਦ ਨਾਲ ਟੁੱਟੇ ਹੁੰਦੇ ਆ ਜਿਵੇਂ ਅਸੀਂ ਦੇਖਦੇ ਹਾਂ ਕਿ ਕਿਸੇ ਦੀ ਅਚਾਨਕ ਜਣੀ ਅਕਾਲ ਮੌਤ ਦਾ ਸੰਜੋਗ ਬਣ ਜਵੇ ਕਿਸੇ ਦੀ ਅਕਾਲ ਮੌਤ ਹੋ ਜਵੇ ਸੋ ਕਾਲ ਮੌਤ ਦੇ ਵਿੱਚ ਉਹਦਾ ਜਿਹੜਾ ਚਿੰਤਨਵਾ ਖਾਸ ਕਰਕੇ ਮਾਇਆ ਦੇ ਵਿੱਚ ਹੀ ਪਰਬਲ ਹੁੰਦਾ ਹੈਗਾ ਸੋ ਇਸ ਕਰਕੇ ਅਕਾਲ ਮੌਤ ਦਾ ਕਾਰਨ ਵੀ ਪ੍ਰੇਤ ਜੁਨ ਬਣਦੀ ਹੈ ਪਰ ਜਿਹੜੇ ਗੁਰਮੁਖ ਪਿਆਰੇ ਆ ਜਿਨ੍ਹਾਂ ਦੀ ਅਕਾਲ ਮੌਤ ਜਿਹੜੀ ਆ ਉਹ ਵੀ ਕਿਸੇ ਸੰਜੋਗ ਦੇ ਨਾਲ ਬਣਦੀ ਆ ਪਰ ਅੰਦਰ ਉਹਨਾਂ ਦੀ ਜਿਹੜਾ ਹਨਾ ਵਾਹਿਗੁਰੂ ਦਾ ਸਿਮਰਨ ਜਾਂ ਉਹਦੀ ਖਿੱਚ ਉਹਦਾ ਪ੍ਰੇਮ ਜਿਹੜਾ ਹੈਗਾ ਅੰਦਰ ਉਹਦਾ ਚਿੰਤਨ ਹੁੰਦਾ ਰਹਿੰਦਾ ਹੈ ਅਗਰ ਇਹੋ ਜਿਹ ਹੈ ਰੂਹਾਂ ਦੀ ਕਿਤੇ ਅਕਾਲ ਮੌਤ ਹੋ ਜਵੇ ਪਰ ਇਹ ਰੂਹਾਂ ਜਿਹੜੀਆਂ ਹਨਾ ਇਹ ਸਤ ਗਤੀ ਨੂੰ ਪ੍ਰਾਪਤ ਹੋ ਜਾਂਦੀਆਂ ਹੈਗੀਆਂ ਸੋ ਕਹਿਣ ਤੋਂ ਪਾਵੇ ਹੈਗਾ ਕਿ ਇਹ ਜੂਨ ਜਿਹੜੀ ਪ੍ਰੇਤ ਦੀ ਜੂਨ ਹੁੰਦੀ ਆ ਇਹ ਬੜੀ क्रੂਅਲ ਜੂਨ ਹੈਗੀ ਆ ਬਹੁਤ ਭੈੜੀ ਜੂਨ ਆ ਜਾਈਓ ਕਹ ਲੋ ਕਿ ਇਸ ਜੂਨ ਦੇ ਵਿੱਚ ਕੇਵਲ ਤੇ ਕੇਵਲ ਦੁੱਖਾਂ ਦੇ ਸੰਤਾਪ ਹੁੰਦੇ ਆ ਹੋਰ ਕੁਝ ਨਹੀਂ ਹੁੰਦਾ ਹੈਗਾ ਸੋ ਇਹ ਜਿਹੜੀਆਂ ਹਨ ਜੂਨਾ ਹੈਗੀਆਂ ਇਸ ਜੂਨਾ ਦੇ ਵਿੱਚ ਆਪਾਂ ਇਹ ਵੀ ਦੇਖਦੇ ਆ ਕਿ ਕਈ ਜਿਹੜੇ ਆਦਮੀ ਹੈਗੇ ਨਾ ਇਹਨਾਂ ਜੂਨਾ ਨੂੰ ਆਪਣੇ ਬਸ ਕਰਨ ਵਾਸਤੇ ਕਈ ਤਰ੍ਹਾਂ ਦੇ ਕਿਰਿਆ ਕਰਮ ਕਰਦੇ ਆ ਜਿਨ੍ਹਾਂ ਨੂੰ ਅਸੀਂ ਸਿਆਣੇ ਆਖਾ ਜਾਂਦੇ ਆ ਜਿਵੇਂ ਉਹਨਾਂ ਦੇ ਵਿੱਚ ਆਪਾਂ ਇਹ ਵੀ ਦੇਖਦੇ ਆ ਕਿ ਕਈ ਜਿਹੜੇ ਹਨ ਗਧੇ ਦੀ ਪੂਛ ਦੇ ਵਾਲ ਲੈ ਕੇ ਜਾਂ ਊਠਾਂ ਦੇ ਦੰ ਜਿਹੜੇ ਊਠ ਦੇ ਦੰਦ ਹੁੰਦੇ ਆ ਉਹ ਦੰਦਾਂ ਦੀ ਮਾਲਾ ਬਣਾ ਕੇ ਕਿਸੇ ਮੁਰਦੇ ਤੇ ਬੈਠ ਕੇ ਜਦੋਂ ਫਿਰ ਮੰਤਰ ਜਪਦੇ ਆ ਇਹ ਬੜੇ ਜਿਹੜੇ ਹਨ ਕਸ਼ਟ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਕਿਸੇ ਭੂਤ ਜਾਂ ਪ੍ਰੇਤ ਨੂੰ ਬਸ ਕਰਨ ਦੀ ਕਿਰਿਆ ਕਰਦੇ ਆ ਉਹ ਕਰਨ ਤੋਂ ਬਾਅਦ ਫਿਰ ਇਹ ਵੀ ਲੋਕੀ ਜਿਹੜੇ ਹਨ ਜਦ ਇਹਨਾਂ ਦਾ ਵੀ ਅਖੀਰ ਸਮਾਂ ਆਉਂਦਾ ਹਨ ਇਹ ਵੀ ਲੋਕੀ ਜਿਹੜੇ ਸਿਆਣੇ ਹੈਗੇ ਆ ਜਿਹੜੇ ਇਸ ਤਰ੍ਹਾਂ ਦੇ ਚੱਕਰਾਂ ਦੇ ਵਿੱਚ ਫਸੇ ਹੁੰਦੇ ਆ ਉਹ ਵੀ ਪ੍ਰੇਤ ਜੁਨੀ ਦੇ ਵਿੱਚ ਮਿਲਾ ਦਿੱਤੇ ਜਾਂਦੇ ਆ ਜਿਵੇਂ ਆਪਾਂ ਦੇਖਦੇ ਆ ਕਿ ਇੱਕ ਘਟਨਾ ਦਾਸ ਆਪਣੇ ਦੇ ਨਾਲ ਸਾਂਝਾ ਕਰਦਾ ਹੈਗਾ ਕਿ ਇੱਕ ਇਨਸਾਨ ਨੇ ਇਸੇ ਤਰ੍ਹਾਂ ਕਿਸੇ ਵਿਧੀ ਤਰੀਕੇ ਦੇ ਨਾਲ ਕਿਸੇ ਪ੍ਰੇਤ ਜੁਨੀ ਜਿਹੜੀ ਸੀ ਇਤਨਾ ਪ੍ਰੇਤਨੀ ਉਹਨੂੰ ਆਪਣੇ ਬਸ ਦੇ ਵਿੱਚ ਕਰ ਲਿਆ ਸੀਗਾ ਸੋ ਉਹ ਜਿਹੜਾ ਇਨਸਾਨ ਸੀਗਾ ਉਹ ਉਹਨੇ ਜਦ ਪ੍ਰੇਤਨੀ ਇਹ ਸਿੱਧ ਕੀਤੀ ਆ ਤੇ ਉਹ ਪ੍ਰੇਤਨੀ ਕੀ ਕਰਦੀ ਸੀਗੀ ਕਿ ਉਸ ਇਨਸਾਨ ਨੂੰ ਕੋਈ ਵੀ ਇਨਸਾਨ ਆ ਜਾਂਦਾ ਸੀਗਾ ਤੇ ਉਹਦਾ ਨਾਮ ਵੀ ਦੱਸਦੀ ਸੀ ਇਹ ਕੌਣ ਹੈ ਕਿਹੜੀ ਜਗ੍ਹਾ ਤੋਂ ਆਇਆ ਹੈ ਤੇ ਕਿਹੜੇ ਕੰਮ ਆਇਆ ਹੈ ਇਹ ਸਾਰੀਆਂ ਚੀਜ਼ਾਂ ਉਹ ਪ੍ਰੇਤਨੀ ਜਿਹੜੀ ਸੀਗੀ ਉਹ ਆਪਣਾ ਜਿਹੜਾ ਸਾਧਕ ਸੀਗਾ ਜਿਹੜਾ ਤੰਤਰਕ ਸੀਗਾ ਹਨ ਉਹ ਨੂੰ ਇਹ ਸਭ ਕੁਝ ਦੱਸਦੇ ਹੁੰਦੀ ਸੀ ਪਰ ਉਹਦੇ ਦੱਸਣ ਦਾ ਇੱਕੋ ਇੱਕ ਤਰੀਕਾ ਇਹ ਹੁੰਦਾ ਸੀਗਾ ਕਿ ਇਹ ਜਿਹੜੀ ਪ੍ਰੇਤ ਜੂਨਾ ਇਹ ਖਾਸ ਕਰਕੇ ਇਹਦਾ ਨਿਵਾਸ ਵਿਸ਼ਟਾ ਵਿੱਚ ਹੁੰਦਾ ਕਿਉਂ ਵਿਸ਼ਟਾ ਇਹਨਾਂ ਦੀ ਖਰਾਕ ਹੈ ਸੋ ਜਿਹੜਾ ਤੰਤਰਕ ਸੀਗਾ ਉਹਨੇ ਆਪਣੇ ਕੰਨ ਦੇ ਵਿੱਚ ਜਿਹੜੀ ਵਿਸ਼ਟਾ ਸੀਗੀ ਉਹ ਥੋੜੀ ਜਿਹਾ ਕਰਕੇ ਰੱਖਦਾ ਸੀਗਾ ਜਿੱਥੇ ਉਹ ਪ੍ਰੇਤਣੀ ਜਿਹੜੀ ਸੀ ਵਿਸ਼ਟਾ ਤੇ ਬੈਠ ਕੇ ਉਹਦੇ ਕੰਨ ਦੇ ਵਿੱਚ ਇਹ ਸਾਰੀ ਕਿਰਿਆ ਜਿਹੜੀ ਸੀ ਉਹ ਦੱਸਦੀ ਰਹਿੰਦੀ ਸੀਗੀ ਇਸ ਕਰਕੇ ਜਦ ਸਮਾ ਬਣਿਆ ਤੇ ਉਹ ਜਿਹੜੀ ਤਾਤ੍ਰਿਕ ਦੀ ਧੋਮ ਉਹ ਕਾਫੀ ਦੂਰ ਤੱਕ ਪਈ ਆ ਬਹੁਤ ਲੋਕੀ ਉਹਦੇ ਕੋ ਆਪਣੇ ਘਰਾਂ ਦੇ ਕਾਰੋਬਾਰ ਸਮੱਸਿਆ ਲੈ ਕੇ ਜਦ ਆਉਣੇ ਸ਼ੁਰੂ ਹੋਇਆ ਤੇ ਉਹ ਕੋਈ ਵੀ ਜਦ ਆਉਂਦਾ ਸਿਕਾ ਉਹਨੂੰ ਦੱਸ ਦਿੰਦਾ ਸਿਕਾ ਕਿ ਤੂੰ ਕਿੱਥੋਂ ਆਇਆ ਤੇਰਾ ਕੀ ਨਾਮ ਹੈਗਾ ਤੂੰ ਕਿਹੜੇ ਕੰਮ ਆਇਆ ਹੈ ਤੇ ਤੇਰਾ ਕਿਹੜਾ ਕੰਮ ਬਣੇਗਾ ਉਹ ਸਾਰੀ ਪ੍ਰੇਤਣੀ ਜਿਹੜੀ ਸੀਗੀ ਉਹਦੇ ਕੰਨ ਦੇ ਵਿੱਚ ਉਹਨੂੰ ਦੱਸਦੀ ਰਹਿੰਦੀ ਸੀ ਪਰ ਜਦ ਇਸ ਤਰ੍ਹਾਂ ਦਾ ਜਿਹੜਾ ਸਮਾ ਚੱਲਦਾ ਗਿਆ ਇੱਕ ਵਾਰੀ ਜਿਹੜਾ ਸੀ ਕੋਈ ਮਹਾਤਮਾ ਜਿਹੜੇ ਸੀਗੇ ਉਸ ਤਾਂਤਰਿਕ ਦੇ ਪਾਸੇ ਚਲੇ ਗਏ ਉਸ ਨੂੰ ਕਹਿਣ ਲੱਗੇ ਕਿ ਤੇਰੀ ਇਹ ਜਿਹੜੀ ਕਿਰਿਆ ਹੈਗੀ ਆ ਕਿ ਤੂੰ ਜੋ ਲੋਕਾਂ ਨੂੰ ਦੱਸਦਾ ਹੈਗਾ ਉਹਨਾਂ ਦਾ ਭਵੇਖ ਉਹਨਾਂ ਦੇ ਸਾਰੇ ਸਮੱਸਿਆ ਦਾ ਹੱਲ ਦੱਸਦਾ ਹੈਗਾ ਅਸਲ ਦੇ ਵਿੱਚ ਅਸੀਂ ਦੇਖਿਆ ਹੈ ਕਿ ਤੇਰੀ ਜਿਹੜੀ ਹੈ ਨਾ ਅਧਿਆਤਮਿਕ ਤਰੱਕੀ ਹੈ ਜੋ ਰੱਬ ਦੇ ਨਾਲ ਜੁੜਨ ਦੀ ਕਿਰਿਆ ਹੈ ਉਹ ਤਾਂ ਤੂੰ ਕੋਈ ਸਾਂਝੀ ਨਹੀਂ ਕਰਦਾ ਤੇਰੇ ਕੋਲ ਐਸੀ ਕਿਹੜੀ ਚੀਜ਼ ਹੈ ਕਿ ਜਿਹਦੇ ਨਾਲ ਤੂੰ ਇਹ ਸਾਰੀਆਂ ਗੱਲਾਂ ਲੋਕਾਂ ਨੂੰ ਜਿਹੜਾ ਹੈ ਨਾ ਦੱਸ-ਦੱਸ ਕੇ ਆਪਣਾ ਜੋ ਨਾਮ ਹੈਗਾ ਉਹ ਨਿਮਾਣਾ ਖਟਦਾ ਹੈਗਾ ਸੋ ਉਸ ਪ੍ਰੇਤ ਨੇ ਫਿਰ ਉਤਾਂਤ੍ਰਿਕ ਨੂੰ ਦੱਸਿਆ ਸੀਗਾ ਕਿ ਮੈਂ ਇੱਕ ਪ੍ਰੇਤਣੀ ਆਪਣੇ ਜੀਵਨ ਦੇ ਵਿੱਚ ਵਸ ਕੀਤੀ ਆ ਤੇ ਇਹ ਜਿਹੜੀ ਪ੍ਰੇਤਣੀ ਹੈਗੀ ਆ ਇਹ ਮੈਨੂੰ ਸਾਰਾ ਕੁਝ ਇਸ ਤਰੀਕੇ ਨਾਲ ਦੱਸ ਦਿੰਦੀ ਆ ਪਰ ਮਹਾਤਮਾ ਨੇ ਉਹਨੂੰ ਇਸ ਚੀਜ਼ ਤੋਂ ਕੱਢਣ ਵਾਸਤੇ ਉਹਨੂੰ ਇਹ ਗੱਲ ਦੱਸੀ ਕਿ ਤੂੰ ਕਦੀ ਪ੍ਰੇਤ ਨੂੰ ਇਹ ਪੁੱਛਿਆ ਹੈਗਾ ਕਿ ਤੇਰਾ ਅੰਤ ਸਮਾਂ ਕਦ ਆਵੇਗਾ ਉਹ ਮਹਾਤਮਾ ਕਹਿਣ ਲੱਗ ਗਏ ਕਿ ਤੂੰ ਉਹਨੂੰ ਜ਼ਰੂਰ ਪੁੱਛ ਉਸ ਪ੍ਰੇਤਣੀ ਨੂੰ ਕਿ ਤੂੰ ਜਦੋਂ ਤੇਰਾ ਅੰਤ ਸਮਾਏਗਾ ਤੇ ਤੇਰੀ ਜਿਹੜੀ ਮੌਤ ਦਾ ਕਾਰਨ ਕੀ ਪੜੇਗਾ ਕਿਸ ਜਗ੍ਹਾ ਤੇ ਉੱਤੇ ਆ ਕੇ ਤੇਰਾ ਸਿਰ ਛੁੱਟੇਗਾ ਸੋ ਉਸੇ ਹੀ ਫਤਾਨਤਰਕ ਨੇ ਜਦੋਂ ਪ੍ਰੇਤਨੀ ਨੂੰ ਇਹ ਸਵਾਲ ਕੀਤਾ ਤਾਂ ਫਿਰ ਪ੍ਰੇਤਨੀ ਨੇ ਉਹ ਸਤਾਨਤਰਕ ਨੂੰ ਦੱਸਿਆ ਸੀਗਾ ਕਿ ਜਦ ਤੇਰਾ ਜਿਹੜਾ ਅੰਤ ਸਮਾਹਣਾ ਉਹ ਨਰਬਦਾ ਨਦੀ ਦੇ ਕੰਡੇ ਦੇ ਉੱਤੇ ਆਏਗਾ ਉਹ ਉਸ ਕੰਡੇ ਤੇ ਜਾ ਕੇ ਤੇਰਾ ਜਿਹੜਾ ਹੈਗਾ ਉਹ ਸਰੀਰ ਛੁੱਟ ਜਾਏਗਾ ਸੋ ਉਹ ਜਿਹੜਾ ਤਾੰਤਰਿਕ ਸੀਗਾ ਉਹਨੇ ਦੇਖਿਆ ਵੀ ਗਲਤ ਹੈ ਠੀਕ ਹੈ ਕੋ ਨਰਬ ਦਾ ਜਿਹੜੀ ਨਦੀ ਹੈਗੀ ਆ ਇਹਦੇ ਨਦੀ ਦੇ ਵਿੱਚ ਵੀ ਜਿਹੜੇ ਸਾਧੂ ਇਸ਼ਨਾਨ ਕਰਦੇ ਆ ਜਿਸ ਕਰਕੇ ਨਦੀ ਜਿਹੜੀ ਹੈ ਇਹ ਵੀ ਪਵਿੱਤਰ ਮੰਨੀ ਜਾਂਦੀ ਹੈ ਸੋ ਮੇਰਾ ਜਦ ਅੰਤ ਸਮਾ ਆਏਗਾ ਤਾਂ ਮੈਂ ਨਰਬ ਦਾ ਕੰਢੀ ਤੇ ਜਾ ਕੇ ਜਦ ਆਪਣਾ ਸੀਰ ਛੱਡਾਂਗਾ ਤੇ ਮੇਰੇ ਸਾਰੇ ਪਾਪ ਧੁੱਲ ਜਾਣਗੇ ਇਹ ਸੋਚ ਕੇ ਜਦ ਤਾੰਤਰਿਕ ਦਾ ਅੰਤਮ ਸਮਾ ਆਇਆ ਤੇ ਉਹ ਨਰਬ ਦਾ ਕੰਢੀ ਦੀ ਜਿਹੜੇ ਨਦੀ ਸੀ ਉਹਦੇ ਕੰਢੇ ਵੱਲ ਜਦ ਭੱਜਾ ਪਰ ਜਿਹੜੀ ਪ੍ਰੇਤਨੀ ਜਿਹੜੀ ਨੇ ਉਹ ਤਾਂ ساری ਉਮਰ ਇਸ ਚੀਜ਼ ਦਾ ਸਾਥ ਦਿੱਤਾ ਸੀਗਾ ਉਹ ਪਲਕ ਕਿਵੇਂ ਉਹਨੂੰ ਆਪਣੇ ਚੁੰਗਲ ਚੋਂ ਬਾਹਰ ਕੱਢ ਸਕਦੀ ਸੀ ਉਨੇ ਉਸੇ ਟਾਈਮ ਉਹਦੇ ਉੱਤੇ ਜਿਹੜਾ ਸੀਗਾ ਹਮਲਾ ਕਰਕੇ ਉਹਨੂੰ ਰਾਹ ਦੇ ਵਿੱਚ ਹੀ ਖਤਮ ਕਰ ਦਿੱਤਾ ਤੇ ਨਾਲ ਇਹ ਵੀ ਆਖਿਆ ਕਿ ਤੂੰ ਸਾਰੀ ਉਮਰ ਮੈਨੂੰ ਵਰਤਦਾ ਰਿਹਾ ਹੈ ਪਰ ਅੱਜ ਤੂੰ ਮੈਨੂੰ ਛੱਡ ਕੇ ਜਿਹੜਾ ਹੈ ਨਾ ਦੂਸਰੇ ਪਾਸੇ ਜਾ ਰਿਹਾ ਹੈਗਾ ਤੇ ਮੈਂ ਤੈਨੂੰ ਆਪਣੇ ਤੋਂ ਕਦੀ ਜੁਦਾ ਨਹੀਂ ਕਰਨਾ ਤੈਨੂੰ ਵੀ ਮੈਂ ਇਸ ਆਪਣੀ ਜੂਨ ਦੇ ਵਿੱਚ ਲਿਆ ਕੇ ਹੈਨਾ ਤੇਰੇ ਨਾਲ ਫਿਰ ਜਿਵੇਂ ਤੂੰ ਮੈਨੂੰ ਆਪਣੇ ਹੁਕਮ ਦੇ ਵਿੱਚ ਵਰਤਦਾ ਰਿਹਾ ਹੈਗਾ ਹੁਣ ਮੈਂ ਤੇਰੇ ਤੇ ਹੁਕਮ ਕਰਕੇ ਇਹ ਜਿਹੜੀ ਤੈਨੂੰ ਪ੍ਰੇਤ ਜੂਨੀ ਦੇ ਵਿੱਚ ਹੁਣ ਆਪਣੇ ਨਾਲ ਮਿਲਾ ਲੂੰਗੀ। ਸੋ ਕਹਿਣ ਤੋਂ ਭਾਵੇਂ ਇਹ ਹੈਗਾ ਕਿ ਜਿਵੇਂ ਗਰਵਾਣੀ ਦਾ ਫਰਮਾਨ ਹੈਗਾ ਕਿ ਪੈਰੋਂ ਭੂਤ ਸਿਤਲਾਤਾਵੇ ਕਿ ਜਿਹੋ ਜਿਹਾ ਕੋਈ ਕਿਸੇ ਦੀ ਸੇਵਾ ਕਰਦਾ ਹਨ ਉਹੋ ਜਿਹੇ ਫਲ ਮਿਲਦਾ ਹੈਗਾ। ਸੋ ਪੂਤ ਪ੍ਰੇਤਾਂ ਦੀ ਜਿਹੜੀ ਇੱਛਾ ਕਰਨ ਵਾਲੀ ਜਿਹੜੇ ਲੋਕੀ ਹੈਗੇ ਆ ਉਹਨਾਂ ਦਾ ਜਿਹੜਾ ਅਖੀਰ ਮੌਤ ਤੋਂ ਬਾਅਦ ਉਹਨਾਂ ਦਾ ਸਰੀਰ ਵੀ ਇਨ੍ਹਾਂ ਜੋਲੀ ਜੋਨੀਆਂ ਦੇ ਵਿੱਚ ਮਿਲਾ ਦਿੱਤਾ ਜਾਂਦਾ ਹੈਗਾ। ਪਰ ਕਿਉਂਕਿ ਇਹ ਜੁਨੀਆਂ ਜਿਹੜੀਆਂ ਇੱਕ ਨਹੀਂ ਅਨੇਕ ਤਰ੍ਹਾਂ ਦੀਆਂ ਹੈਗੀਆਂ ਹੈ ਸੋ ਇਸ ਅਨੇਕ ਜੁਨੀਆਂ ਦੇ ਵਿੱਚ ਜਿਹੋ ਜਿਹ ਹੈ ਜਿਸ ਕਿਸੇ ਜੁਨੀ ਦਾ ਸੁਆਹ ਹੈਗਾ ਉਹ ਜੂਨ ਜਿਹੜੀ ਹੈ ਨਾ ਉਸੇ ਤਰ੍ਹਾਂ ਵਰਤਾਰਾ ਕਰਦੀ ਹੈਗੀ ਪਰ ਕਈ ਅਸੀਂ ਜੁਨੀਆਂ ਐਸੀ ਦੇਖੀਆਂ ਹੈ ਜਿਵੇਂ ਇੱਕ ਜਿਹੜੀ ਹੈ ਉਹ ਮੁਖਾਤਮਾ ਦੱਸਦੇ ਸੀ ਕਿ ਕੋਈ ਇੱਕ ਆਦਮੀ ਸੀਗਾ ਉਹਨੂੰ ਰਸਤੇ ਦੇ ਵਿੱਚ ਇੱਕ ਬੜੀ ਸੁੰਦਰ ਔਰਤ ਜਿਹੜੀ ਸੀ ਅਕੈ ਅਕੱਲੇ ਨੂੰ ਮਿਲੀ ਆ ਉਹ ਸੁੰਦਰ ਔਰਤ ਨੇ ਉਸ ਆਦਮੀ ਨਾਲ ਘਰ ਜਾਣ ਦੀ ਜਦ ਇਛਾ ਬਤ ਜਣੀ ਪ੍ਰਗਟਾਈ ਸੀ ਤੋਂ ਸੋ ਆਦਮੀ ਨੇ ਖੁਸ਼ੀ ਨਾਲ ਕਹਿਤਾ ਸਿਕਾ ਕਿ ਠੀਕ ਆ ਤੂੰ ਮੇਰੇ ਘਰ ਆ ਸਕਦੀ ਹੈ ਪਰ ਉਹ ਇਹ ਨਹੀਂ ਸੀ ਜਾਣਦਾ ਕਿ ਇਹ ਜਿਹੜੀ ਇਕੱਲੀ ਔਰਤ ਮੈਨੂੰ ਮਿਲੀ ਹੈ ਇੰਨੀ ਸੁੰਦਰ ਹੈਗੀ ਹੈ ਦੇ ਪਿੱਛੇ ਕੀ ਭੇਦ ਹੈਗਾ ਨਾ ਉਹ ਜਾਣਦਾ ਸੀਗਾ ਕਿ ਇਹ ਕੌਣ ਹੈਗੀ ਆ ਜਦੋਂ ਔਰਤ ਜਿਹੜੀ ਸੀ ਉਹਨੂੰ ਆਪਣੇ ਘਰ ਲੈ ਆ ਤੇ ਉਹਨੂੰ ਘਰ ਆ ਕੇ ਫਿਰ ਔਰਤ ਉਹਦੀ ਨਾਰਾਜ਼ੀ ਰਹੀ ਹੈ ਪਰ ਜਦ ਇੱਕ ਵਾਰੀ ਰਾਤ ਹੋਈ ਸੀ ਤਾਂ ਰਾਤ ਦੇ ਟਾਈਮ ਫਿਰ ਉਹ ਸ ਆਦਮੀ ਨੇ ਔਰਤ ਨੂੰ ਬੱਤੀ ਬਜਾਉਣ ਵਾਸਤੇ ਕਿਹਾ ਸੀ ਪਰ ਉਹਨੇ ਉਸੇ ਟਾਈਮ ਜਿਹੜੀ ਸੀ ਲੰਬੀ ਬਾਹਂ ਕਰਕੇ ਬੱਤੀ ਬੁਝਾਤੀ ਪਰ ਨਾਲ ਜਿਹੜਾ ਸਗਾ ਉਹਦਾ ਸੰਗੀ ਉਹਨੂੰ ਇਹ ਦੱਸ ਦਿੰਦਾ ਹੈਗਾ ਕਿ ਤੈਨੂੰ ਮੇਰੀ ਅਸਲੀਅਤ ਦਾ ਪਤਾ ਲੱਗ ਗਿਆ ਹੈਗਾ ਇਸ ਕਰਕੇ ਹੁਣ ਤੂੰ ਜਿਹੜਾ ਹੈ ਨਾ ਮੇਰੇ ਜੰਗਲ ਤੋਂ ਕਦੀ ਬਾਹਰ ਨਹੀਂ ਜਾ ਸਕਦਾ ਅਗਰ ਤੂੰ ਕਿਸੇ ਨੂੰ ਦੱਸਿਆ ਤਾਂ ਮੈਂ ਤੇਰਾ ਉਸੇ ਟਾਈਮ ਹੀ ਤੈਨੂੰ ਮੌਤ ਦੇ ਘਾਤ ਉਤਾਰ ਦੇਉਂਗੀ ਜਦ ਉਹ ਜਿਹੜਾ ਆਦਮੀ ਸੀਗਾ ਜਦੋਂ ਉਹਨੂੰ ਇਸ ਅਸਲੀਅਤ ਦਾ ਪਤਾ ਲੱਗਿਆ ਕਿ ਇਹ ਜਿਹੜੀ ਸੁੰਦਰ ਔਰਤ ਮੇਰ ਨਾਲ ਰਹਿੰਦੀ ਰਹੀ ਹੈਗੀ ਆ ਇਹ ਅਸਲ ਦੇ ਵਿੱਚ ਸਧਾਰਨ ਜਨਾਨੀ ਨਹੀਂ ਹੈ ਇਹ ਇੱਕ ਪ੍ਰੇਤਨੀ ਹੈ ਜਿਨੇ ਇੰਨਾ ਸੁੰਦਰ ਰੂਪ ਧਾਰਨ ਕਰਕੇ ਰੱਖਿਆ ਹੈਗਾ ਪਰ ਹੁਣ ਉਹ ਦੇ ਸ਼ਕੰਜੇ ਚੋਂ ਕਿਵੇਂ ਨਿਕਲੇ ਇਹ ਉਹਦੇ ਵਾਸਤੇ ਬੜਾ ਮੁਸ਼ਕਲ ਹੋ ਗਿਆ ਸੀਗਾ ਪਰ ਇੱਕ ਵਾਰ ਫਿਰ ਦੇਖੋ ਕੁਦਰਤੀ ਸੁਭਾਅ ਐਸਾ ਬਣਿਆ ਹੈਗਾ ਕਿ ਉਹਦਾ ਜਿਹੜਾ ਸਰੀਰ ਸੀਗਾ ਕਿਉਂਕਿ ਉਹ ਜਿਹੜੀ ਪ੍ਰੇਤਨੀ ਸੀਗੀ ਜਦ ਉਹ ਉਸ ਆਦਮੀ ਦੇ ਨਾਲ ਸੰਗ ਕਰਦੀ ਸੀਗੀ ਉਹਦੇ ਵਿੱਚ ਉਹਦੇ ਖੂਨ ਨੂੰ ਪੀ ਕੇ ਫਿਰ ਉਹ ਆਪਣੀ ਜਿਹੜੀ ਸੀ ਨਾ ਤ੍ਰਿਪਤੀ ਰੱਖ ਜਿਹੜੀ ਕਰਦੀ ਸੀ ਇਸ ਕਰਕੇ ਉਹ ਆਦਮੀ ਦਾ ਸਰੀਰ ਜਿਹੜਾ ਸੀਗਾ ਦਿਨੋਂ-ਦਿਨ ਕਮਜ਼ੋਰ ਹੁੰਦਾ ਗਿਆ ਪਰ ਇੱਕ ਦਿਨ ਜਦ ਉਹ ਵੈਦ ਦੇ ਪਾਸ ਗਿਆ ਸੀਗਾ ਤੇ ਜਦ ਵੈਦ ਨੇ ਉਹਦੀ ਨਬਜ ਫੜ ਕੇ ਉਹਨੂੰ ਉਸੇ ਹਿਸਾਬ ਦੇ ਨਾਲ ਦਵਾਈ ਦਿੱਤੀ ਕੁਦਰਤੀ ਜਿਸ ਕਾਗਜ਼ ਦੇ ਉੱਤੇ ਜਿਹੜੀ ਦਵਾਈ ਦਿੱਤੀ ਸੀ ਉਹ ਕਾਗਜ਼ ਜਿਹੜਾ ਸੀਗਾ ਉਹਦੇ ਉੱਤੇ ਭਗਵਾਨ ਦੇ ਜਿਹੜੇ ਅੱਖਰ ਲਿਖੇ ਹੋਏ ਸੀ ਰੱਬ ਦੇ ਹੁਣ ਉਹ ਜਿਹੜੀ ਧਾਰਮਿਕ ਵਿਚਾਰ ਉਸ ਕਾਗਜ਼ ਦੇ ਉੱਤੇ ਲਿਖੀ ਸੀ ਉਹਦੇ ਉੱਤੇ ਜਿਹੜੀ ਹੈ ਨਾ ਵੈਦ ਨੇ ਦਵਾਈ ਲਿਖ ਕੇ ਦੇ ਦਿੱਤੀ ਪਰ ਜਦੋਂ ਦਵਾਈ ਲੈ ਕੇ ਘਰ ਆਇਆ ਤੇ ਜਦ ਰਾਤ ਹੋਈ ਆ ਤਾਂ ਉਹਨੇ ਜਿਹੜੀ ਦਵਾਈ ਸੀ ਆਪਣੀ ਜੇਬ ਦੇ ਵਿੱਚ ਪਾਈ ਸੀ ਜਦ ਪ੍ਰੇਤਨੀ ਰਾਤ ਨੂੰ ਆਈ ਆ ਉਹ ਜਦਕਦਮ ਜਦੋਂ ਉਹਨੇ ਛੂਹਣ ਲੱਗੀ ਆ ਤਾਂ ਉਹਨੂੰ ਇਸ ਤਰ੍ਹਾਂ ਝਟਕਾ ਲੱਗਾ ਉਹਨੇ ਕਿਹਾ ਕਿ ਦੱਸ ਤੇਰੇ ਪਾਸੇ ਕੀ ਚੀਜ਼ ਆ ਜਦ ਪ੍ਰੇਤਨੀ ਨੇ ਉਹ ਆਪਣਾ ਜਿਹੜਾ ਸਗਾ ਸੰਗੀ ਜਿਹੜਾ ਉਹਨੇ ਪਕੜ ਚ ਕੀਤਾ ਸਗਾ ਸਾਥੀ ਨੂੰ ਪੁੱਛਿਆ ਕਿ ਤੇਰੇ ਕੋ ਕਿਹੜੀ ਚੀਜ਼ ਹੈ ਜਦੋਂ ਨੇ ਆਪਣੀ ਜੇਬ ਕੱਢ ਕੇ ਦਿਖਾਈ ਤੇ ਦਿਖਾ ਲਿਆ ਹੈਗਾ ਕਿ ਮੈਂ ਅੱਜ ਦਵਾਈ ਲੈ ਕੇ ਆਇਆ ਹੈ ਕਿ ਕਿ ਮੇਰੀ ਜਿਹੜੀ ਹੈ ਨਾ ਤਬੀਤ ਵਾ ਦਿਨੋਂ ਦਿਨ ਖਰਾਬ ਹੁੰਦੀ ਹੈ ਜਦ ਪ੍ਰੇਤਨੀ ਨੇ ਜਦੋਂ ਕਾਗਜ਼ ਦੇਖਿਆ ਤੇ ਉਹਦੇ ਵਿੱਚ ਭਗਵਾਨ ਦੇ ਅੱਖਰ ਲਿਖੇ ਹੋਏ ਸੀ ਉਹ ਪ੍ਰੇਤਨੀ ਦੇਖ ਕੇ ਕੰਬਣ ਲੱਗੀ ਤੇ ਕਹਿਣ ਲੱਗੀ ਕਿ ਤੂੰ ਇਸ ਤਰ੍ਹਾਂ ਕਰ ਇਹ ਕਾਗਜ਼ ਤੇ ਦਵਾਈ ਪਹਿਲਾਂ ਬਾਹਰ ਛੁੱਟ ਤਾਂ ਹੀ ਮੈਂ ਤੇਰਾ ਸੰਗ ਕਰ ਸਕਦੀ ਹਾਂ ਜਦੋਂ ਨੇ ਇਹ ਗੱਲ ਕੀਤੀ ਤਾਂ ਉਹ ਆਦਮੀ ਜਿਹੜਾ ਸੀ ਬੜਾ ਹੈਰਾਨ ਹੋਇਆ ਉਹਨੇ ਦੇਖਿਆ ਕਿ ਇਸ ਕਾਗਜ਼ ਤੇ ਦਵਾਈ ਦੇ ਵਿੱਚ ਕੀ ਗੱਲ ਹੈ ਕੀ ਆ ਪਰ ਜਦੋਂ ਉਹਨੇ ਦਵਾਈ ਦੇ ਵਿੱਚ ਉਹ ਕਾगज ਨੂੰ ਗੋਵ ਦੇ ਨਾਲ ਧੱਕਿਆ ਤੇ ਕੀ ਉਹਦੇ ਬਚਨ ਨਜ਼ਰ ਆਇਆ ਕਿ ਉਸ ਕਾगज ਦੇ ਵਿੱਚ ਵਾਹਿਗੁਰੂ ਜੀ ਭਗਵਾਨ ਦੇ ਅੱਖਰ ਲਿਖੇ ਹੋਏ ਸਕੇ ਜਦੋਂ ਉਹਨੇ ਰੱਬ ਦੀ ਲਿਖਤ ਜਿਹੜੀ ਸੀ ਕਾगज ਤੇ ਪੜ੍ਹੀ ਤਾਂ ਫਿਰ ਉਹਨੇ ਯਕੀਨ ਹੋ ਗਿਆ ਕਿ ਅੱਖਰ ਇਹ ਜਿਹੜੀ ਪ੍ਰੇਤਣੀ ਹੈ ਦਵਾਈ ਤੋਂ ਨਹੀਂ ਡਰਦੀ ਲੇਕਿਨ ਜਿਹੜੇ ਭਗਵਾਨ ਦੇ ਅੱਖਰ ਲਿਖੇ ਆ ਹਨ ਇਹ ਤੋਂ ਬੜੀ ਪਹਿਪੀਤ ਹੋ ਕੇ ਪਿੱਛੇ ਖੜੀ ਆ ਫਿਰ ਉਹਨੇ ਇਸ ਗੱਲ ਦਾ ਜਿਹੜਾ ਸੀ ਇਲਮ ਹੋ ਗਿਆ ਉਸ ਟਾਈਮ ਜਿਹੜਾ ਕਾगज ਹੈਗਾ ਚੱਕ ਕੇ ਆਪਣੇ ਹਿਰਦੇ ਨਾਲ ਲਾਇਆ ਅਗਲੇ ਦਿਨ ਹੀ ਫਿਰ ਉਹਨੇ ਇੱਕ ਧਾਰਮਿਕ ਜਿਹੜੀ ਸੀਗੀ ਉਹ ਕਿਤਾਬ ਲਿਆ ਕੇ ਜਦ ਉਹਨੂੰ ਪੜਨਾ ਸ਼ੁਰੂ ਕੀਤਾ ਉਹਦੇ ਵਿੱਚ ਵਾਹਿਗੁਰੂ ਦੇ ਰਾਮ ਦੇ ਜਿਹੜੇ ਭਜਨ ਸੀਗੇ ਗਾਉਣੇ ਸ਼ੁਰੂ ਕੀਤੇ ਫਿਰ ਉਹ ਜਿਹੜੀ ਪ੍ਰੇਤਨੀ ਸੀ ਉਹਦਾ ਸੰਗ ਜਿਹੜੀ ਸੀ ਉਹ ਛੱਡ ਕੇ ਚਲੀ ਗਈ ਸੋ ਕਹਿਣ ਤੋਂ ਪਾਵੇ ਹੈਗਾ ਕਿ ਇਨਸਾਨ ਜਦੋਂ ਵਾਹਿਗੁਰੂ ਜੀ ਦੇ ਨਾਲ ਟੁੱਟ ਜਾਂਦਾ ਹਨ ਉਹਦੀ ਜਾਤ ਤੋਂ ਟੁੱਟ ਜਾਂਦਾ ਹੈਗਾ ਇਸ ਜਾਤ ਤੋਂ ਟੁੱਟਣ ਦੇ ਵਿੱਚ ਫਿਰ ਇੱਕ ਤਾਂ ਉਹ ਦੇ ਵਿੱਚ ਜਿਹੜੀ ਹੋਮੇ ਬਦ ਜਾਂਦੀ ਆ ਦੂਸਰੇ ਉਹਦੇ ਕਰਮ ਜਿਹੜੇ ਹਨ ਉਹ ਐਸੇ ਹੋ ਜਾਂਦੇ ਜਿਨ੍ਹਾਂ ਨੂੰ ਪ੍ਰੇਤ ਕਰਮ ਆਖਦੇ ਆ ਸੋ ਜਿਹੜੀ ਪ੍ਰੇਤ ਕਰਮ ਹਨ ਇਸ ਕਰਮਾਂ ਦੇ ਵਿੱਚ ਉਹ ਆਪਣੀ ਮਨਮਰਜ਼ੀ ਕਰਦਾ ਹੈਗਾ ਜਿਸ ਮਰਜ਼ੀ ਦੇ ਵਿੱਚ ਉਹ ਇਹ ਦੱਸਦਾ ਹੈ ਕਿ ਇਹ ਜਗ ਮਿੱਠਾ ਅਗਲਾ ਕਿਸੇ ਨਾਲ ਡਿੱਠਾ ਸੋ ਜਿਸ ਕਰਕੇ ਜਿਹੜੀ ਸਜ਼ਾ ਉਹਨੂੰ ਅਖੀਰ ਮਿਲਦੀ ਆ ਉਹਨੂੰ ਉਸ ਦੁਨੀਆ ਦੇ ਵਿੱਚ ਮਿਲਦੀ ਆ ਕਿ ਜਦ ਇਹੋ ਜਿਹੇ ਇਨਸਾਨ ਜਿਹੜੇ ਹੈਗਾ ਇਹਨਾਂ ਦਾ ਸੁਆਸਾਂ ਦੀ ਪੂੰਜੀ ਸੰਸਾਰ ਤੋਂ ਖਤਮ ਹੋ ਜਾਂਦੀ ਆ ਇਹ ਫੇ ਜਿਹੜੇ ਆਦਮੀ ਹੈ ਇਹ ਪ੍ਰੇਤ ਜੁਨਾਂ ਦੇ ਵਿੱਚ ਮਿਲਾ ਦਿੱਤੇ ਜਾਂਦੇ ਆ ਤੇ ਪ੍ਰੇਤ ਜੁਨਾ ਉਹ ਹੈਗੀਆਂ ਜਿਹਦੇ ਵਿੱਚ ਬਹੁਤ ਜ਼ਿਆਦਾ ਦੁੱਖ ਕ ਹਨੇਰੇ ਜਿਹੜੇ ਇਹਨਾਂ ਨੂੰ ਪ੍ਰਾਪਤ ਮਿਲਦੇ ਆ ਵੈਸੇ ਤੋਂ ਇਹ ਜਿਹੜੇ ਇਨਸਾਨ ਜਿਹੜੇ ਵੈਸੇ ਹੀ ਇਸ ਦੁਨੀਆ ਦੇ ਵਿੱਚ ਰੱਬ ਤੋਂ ਟੁੱਟ ਜਾਂਦੇ ਆ ਤੇ ਉਹਨਾਂ ਦੇ ਅੰਦਰ ਵੀ ਜਿਹੜੇ ਹਨ ਕਈ ਪ੍ਰੇਤ ਆਪਣਾ ਘਰ ਬਣਾ ਲੈਂਦੇ ਆ ਜਦ ਘਰ ਬਣਾ ਲੈਂਦੇ ਆ ਹੌਲੀ-ਹੌਲੀ ਉਹਦੇ ਇੰਦਰੀਆਂ ਦੇ ਉੱਤੇ ਉਹਦੇ ਦਿਮਾਗ ਦੇ ਉੱਤੇ ਇਹ ਪ੍ਰੇਤ ਜੁਨੀ ਆਪਣਾ ਐਸਾ ਜਿਹੜੀਆਂ ਅਸਰ ਕਰਦੀਆਂ ਹਨਾ ਫਿਰ ਇਸ ਤਰ੍ਹਾਂ ਕਹ ਲਓ ਕਿ ਜਿਵੇਂ ਰਿਮੋਟ ਕੰਟਰੋਲ ਦੀ ਤਰ੍ਹਾਂ ਉਹ ਇਨਸਾਨ ਨੂੰ ਜਿਹੜਾ ਹੈਗਾ ਆਪਣੀ ਮਰਜ਼ੀ ਨਾਲ ਚਲਾਉਂਦੀ ਆ ਹੈ ਤੇ ਜਿਸ ਕਰਕੇ ਭਾਵੇਂ ਇਨਸਾਨੀ ਸਰੀਰ ਹੁੰਦਾ ਹੈਗਾ ਲੇਕਿਨ ਉਹਦਾ ਸਰੀਰ ਜਾਂ ਉਹਦੀ ਸੁਰਤੋਂ ਦੇ ਬਸ ਵਿੱਚ ਨਹੀਂ ਹੁੰਦੀ ਕਿਉਂਕਿ ਪ੍ਰੇਤ ਜੂਨੀਆ ਉਹਦੇ ਤੇ ਸਵਾਰ ਹੋ ਕੇ ਹਨਾ ਫਿਰ ਉਹਨੂੰ ਆਪਣੇ ਹੀ ਹੁਕਮ ਦੇ ਵਿੱਚ ਉਹ ਸਾਰੀਆਂ ਇੰਦਰੀਆਂ ਨੂੰ ਬਸ ਕਰਕੇ ਤੇ ਉਹਨੂੰ ਆਪਣੇ ਦੀਨ ਜੋ ਵੀ ਉਹ ਕੰਮ ਕਰਨਾ ਚਾਹੁੰਦੀਆਂ ਉਸ ਇਨਸਾਨ ਦੇ ਸਰੀਰ ਵਿੱਚ ਰਹਿ ਕੇ ਉਹ ਇਨਸਾਨ ਤੋਂ ਕਰਾਉਂਦੀਆਂ ਰਹਿੰਦੀਆਂ ਹੈਗੀਆਂ ਇਸ ਕਰਕੇ ਜ਼ਰੂਰੀ ਹੈਗਾ ਕਿ ਸਾਨੂੰ ਵਾਹਿਗੁਰੂ ਜੀ ਦੇ ਨਾਲ ਜੁੜਨਾ ਜਿਹੜਾ ਹਨਾ ਇਹ ਬੱਤ ਜ਼ਰੂਰੀ ਸਾਡੇ ਜੀਵਨ ਦਾ ਹਿੱਸਾ ਹੈਗਾ ਕਿਉਂਕਿ ਮਨੁੱਖਾ ਦੇਹੀ ਦਾ ਮੇਨ ਮਨੂਰਥੀ ਇਹੋ ਹੈ ਕਿ ਪਰਮੇਸ਼ਰ ਦਾ ਨਾਮ ਜਪਣਾ ਤੇ ਜਿਹੜੇ ਇਨਸਾਨ ਵਾਹਿਗੁਰੂ ਦਾ ਨਾਮ ਜਪ ਕੇ ਆਪਣੇ ਹਿਰਦੇ ਵਿੱਚ ਨਹੀਂ ਬਸਾਉਂਦੇ ਉਹਨੂੰ ਯਾਦ ਨਹੀਂ ਕਰਦੇ ਜਿਸ ਕਾਰਜ ਬਚਾਏ ਸੀ ਉਸ ਕਾਰਜ ਤੋਂ ਜਿਹੜੇ ਇਨਸਾਨ ਅਸਫਲ ਰਹਿ ਜਾਂਦੇ ਹਨ ਫੇ ਉਹਨਾਂ ਇਨਸਾਨਾਂ ਦੇ ਅੰਦਰ ਇਹ ਜੜੀਆਂ ਜੂਨੀਆਂ ਹੈਗੀਆਂ ਪ੍ਰੇਤ ਜੂਨੀਆਂ ਇਹ ਉਹਨੂੰ ਆਪਣਾ ਸ਼ਿਕਾਰ ਬਣਾ ਲੈਂਦੀਆਂ ਤੇ ਇਹ ਸ਼ਿਕਾਰ ਦੇ ਵਿੱਚ ਜਿਵੇਂ ਧਰਮ ਰਾਜ ਦਾ ਜਿਹੜੀ ਸ਼ਿਕਾਰ ਹੈਗੀ ਆ ਉਹ ਉਹ ਲੋਕ ਹੀ ਹੈਗੇ ਆ ਜਿਹੜੇ ਨਾਮ ਤੋਂ ਟੁੱਟੇ ਆ ਇਸ ਕਰਕੇ ਪ੍ਰੇਤ ਜੂਨੀਆਂ ਦੇ ਸ਼ਿਕਾਰ ਵੀ ਇਹ ਉਹੀ ਮਨੁੱਖ ਹੁੰਦੇ ਆ ਜਿਨ੍ਹਾਂ ਦੀ ਵਿਰਤੀ ਰਾਖਸ਼ ਵਿਰਤੀ ਹੁੰਦੀ ਹੈ ਤੇ ਜਿਹੜੇ ਨਾਮ ਤੋਂ ਪੂਰੀ ਤਰ੍ਹਾਂ ਟੁੱਟੇ ਹੁੰਦੇ ਆ ਆਪਣੀ ਮਨ ਦੀ ਦੁਨੀਆ ਦੇ ਵਿੱਚ ਆਪਣੀ ਮਨ ਦੀ ਮੋਜ ਦੇ ਵਿੱਚ ਰਹਿਣਾ ਚਾਹੁੰਦੇ ਆ ਅਖੀਰ ਇਹ ਜਿਹੜੇ ਲੋਕ ਹੈ ਇਸ ਸਮਾਪਾ ਕੇ ਇਸ ਜੂਨੀਆਂ ਦਾ ਇਹ ਚੱਕਰ ਦੇ ਵਿਊ ਦੇ ਵਿੱਚ ਫਸ ਜਾਂਦੇ ਆ ਤਪੂਤ ਪ੍ਰੇਤ ਇਹੋ ਜੇ ਇਨਸਾਨਾਂ ਦੇ ਸਰੀਰ ਦੇ ਵਿੱਚ ਜਾ ਕੇ ਫਿਰ ਇਹਨਾਂ ਦਾ ਸ਼ੋਸ਼ਨ ਕਰਦੇ ਆ ਤੇ ਇਹਨਾਂ ਨੂੰ ਫਿਰ ਆਪਣੀ ਮਰਜ਼ੀ ਨਾਲ ਚਲਾ ਕੇ ਅੰਤ ਸਮੇਂ ਫਿਰ ਇਹਨਾਂ ਨੂੰ ਆਪਣੀਆਂ ਜਿਹੜੀਆਂ ਹਨ ਪ੍ਰੇਤ ਜੁਨੀਆਂ ਦੇ ਵਿੱਚ ਮਿਲਾ ਦਿੱਤੇ ਜਾਂਦੇ ਆ ਸੋ ਇਸੇ ਕਰਕੇ ਗੁਰਬਾਣੀ ਨੇ ਆਖਿਆ ਹੈ ਕਿ ਜਿਹੜੀ ਪ੍ਰੇਤ ਜੁਨੀ ਆ ਇਸ ਜੁਨੀ ਦੇ ਵਿੱਚ ਜਿਹੜੇ ਦੁੱਖ ਆ ਬਹੁਤ ਹਨੇਰੇ ਆ ਇੰਨੇ ਦੁੱਖ ਹਨੇਰੇ ਆ ਕਿ ਇਹਨਾਂ ਨੂੰ ਨਾਂ ਤਾਂ ਕੋਈ ਜਿਹੜੀ ਹੈਗੀ ਆ ਖਰਾਕ ਮਿਲਦੀ ਆ ਪੰਮਾ ਦੁਨੀਆ ਦੇ ਵਿੱਚ ਅਨੇਕ ਤਰ੍ਹਾਂ ਦੇ ਫਲ ਫਰੂਟ ਹਨ ਆਏ ਕੋਈ ਖਰਾਕ ਖਾ ਸਕਦੇ ਆ ਨਾ ਪਾਣੀ ਪੀ ਸਕਦੇ ਆ 24 ਘੰਟੇ ਅੱਠੇ ਪੈੜ ਤੜਫਦੇ ਰਹਿੰਦੇ ਆ ਇਸ ਤਰ੍ਹਾਂ ਪੁੱਥੋਂ ਬਾਅਦ ਇਹ ਦਿਨੇ ਰਾਤ ਜਿਹੜੇ ਹਨ ਇਹ ਕੂਕਦੇ ਰਹਿੰਦੇ ਹੈਗੇ ਇਹ ਚਰਲਾਉਂਦੇ ਰਹਿੰਦੇ ਹੈਗੇ ਚੀਕਾਂ ਮਾਰਦੇ ਰਹਿੰਦੇ ਪਰ ਇਹਨਾਂ ਦੀ ਆਵਾਜ਼ ਸੁਣਨ ਵਾਲਾ ਵੀ ਉੱਥੇ ਕੋਈ ਨਹੀਂ ਹੁੰਦਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਨਾਮ ਬਾਣੀ ਹੈਗੀ ਆ ਇਸ ਬਾਣੀ ਦਾ ਇਸ ਮਨੁੱਖ ਦਾ ਆਧਾਰ ਹੁੰਦਾ ਹੈ ਇਸ ਨੂੰ ਜਪਣ ਦੇ ਨਾਲ ਇਸ ਨੂੰ ਸ਼ੁੱਖ ਸ਼ਾਂਤੀ ਮਿਲਦੀ ਹੈ ਆਨੰਦ ਮਿਲਦਾ ਸਦੀਵੀ ਜੀਵਨ ਮਿਲਦਾ ਖੇੜਾ ਮਿਲਦਾ ਪਰ ਪ੍ਰੇਤ ਜੂਨੀ ਦੇ ਵਿੱਚ ਅਗਰ ਨਾਮ ਦੀ ਥੋੜੀ ਜੀ ਆਵਾਜ਼ ਇਹਨਾਂ ਦੇ ਕੰਨਾਂ ਦੇ ਵਿੱਚ ਪੈ ਜਾਂਦੀ ਆ ਤੇ ਇਹਨਾਂ ਪ੍ਰੇਤ ਜੂਨੀਆਂ ਨੂੰ ਬਹੁਤ ਜ਼ਿਆਦਾ ਜਿਹੜੀ ਹੈ ਨਾ ਉਹ ਅੱਗ ਲੱਗ ਜਾਂਦੀ ਹੈ ਇਸ ਅਗਨੀ ਦੇ ਵਿੱਚ ਇਹ ਫੇ ਜੂਨੀਆਂ ਜਿਹੜੀਆਂ ਹਨ ਇਹ ਤੜਫਦੀਆਂ ਹੈਗੀਆਂ ਕਿਉਂਕਿ ਇਹਨਾਂ ਨੂੰ ਇਹ ਸਜ਼ਾ ਇਹੋ ਹੀ ਦਿੱਤੀ ਜਾਂਦੀ ਹੈ ਕਿ ਜਦੋਂ ਤੁਹਾਨੂੰ ਸਮਾਂ ਦਿੱਤਾ ਗਿਆ ਸੀ ਇਸ ਮਨੁੱਖਾ ਦੇਹੀ ਦੇ ਅੰਦਰ ਉਦੋਂ ਦਾ ਤੁਸੀਂ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਉਦੋਂ ਆਪਣੀ ਮਨਮਰਜ਼ੀ ਕੀਤੀ ਹੈਗੇ ਲੇਕਿਨ ਜਦੋਂ ਉਹ ਸਮਾਂ ਲੰਘ ਗਿਆ ਹੁਣ ਤੁਸੀਂ ਚਾਹੁੰਦੇ ਕਿ ਸਾਡੀ ਸਦਗਤੀ ਹੋ ਜਾਵੇ ਤੇ ਲੇਕਿਨ ਉਸ ਟਾਈਮ ਮਨੁੱਖਾ ਦੇਹੀ ਦੇ ਵਿੱਚ ਤੁਸੀਂ ਨਾਮ ਦੀ ਪਛਾਣ ਨਹੀਂ ਕੀਤੀ ਕਿਸੇ ਸਾਧੂ ਦੀ ਅਸੀਸ ਨਹੀਂ ਲਈ ਕਿਸੇ ਸਾਧੂ ਦਾ ਜਿਹੜਾ ਹੈਗਾ ਉਹ ਸੇਵਾ ਨਹੀਂ ਕੀਤੀ ਇਸੇ ਕਰਕੇ ਇਹ ਜਿਹੜੀ ਸਜ਼ਾ ਤੁਹਾਨੂੰ ਜਿਹੜੀ ਹੈ ਇਸ ਪ੍ਰੇਤ ਜੁਨੀ ਦੇ ਵਿੱਚ ਮਿਲੇਗੀ ਕਿਉਂਕਿ ਜਿਸ ਨਾਮ ਨੂੰ ਜਿਹੜਾ ਸਗਾ ਤੁਸੀਂ ਉਹਨਾਂ ਟਾਈਮਾਂ 'ਚ ਮਖੌਲ ਕੀਤਾ ਸਗਾ ਨਾਮ ਜਪਣ ਵਾਲਿਆਂ ਨਾਲ ਟੇਚਰਾ ਕੀਤੀਆਂ ਉਹਨਾਂ ਦੀ ਨਿੰਦਿਆ ਕੀਤੀ ਸੀ ਇਹਦਾ ਫਲ ਜਿਹੜਾ ਹੈ ਤੁਹਾਨੂੰ ਪ੍ਰੇਤ ਜੁਨੀ ਦੇ ਵਿੱਚ ਹਨੇਰੇ ਜਿਹੜੇ ਦੁੱਖ ਹੈਗੇ ਆ ਉਹ ਸਹਿਣੇ ਪੈਣਗੇ ਸੋ ਕਹਿਣ ਤੋਂ ਪੱਬ ਇੰਨਾ ਹੈਗਾ ਕਿ ਅਗਰ ਇਨਸਾਨ ਨੇ ਇਨਾ ਜੁਨੀਆ ਤੋਂ ਬਚਣਾ ਹੈਗਾ ਬਸ ਇਹਦਾ ਇੱਕੋ ਇੱਕ ਪਚਾ ਹੈ ਉਹ ਹੈ ਪਰਮੇਸ਼ਰ ਦਾ ਨਾਮ ਆਪਣੀ ਰਸਨਾ ਤੇ ਲਿਆਉਣਾ ਤੇ ਰਸਨਾ ਤੋਂ ਹਿਰਦੇ ਦੇ ਵਿੱਚ ਬਸਾਉਣਾ ਜੇ ਦਿਨ ਆ ਫਿਰ ਆਪ ਵੀ ਇਨਸਾਨ ਜਿਹੜਾ ਸੁਖੀ ਹੋ ਜਾਂਦਾ ਤੇ ਦੂਸਰਿਆਂ ਨੂੰ ਵੀ ਸੁਖੀ ਬਣਾਉਣ ਦੀ ਜਿਹੜੀ ਹੈ ਉਹ ਮਦਦ ਕਰਦਾ ਰਹਿੰਦਾ ਹੈਗਾ ਸੋ ਇਨੇ ਵਚਨ ਕਰਦਾ ਹੋਇਆ 10 ਖਿਮਾਂ ਦਾ ਜਾਚਕ ਹੈ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾਂ ਬਖਸ਼ਣੀ ਸੋ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ